ਸਤਿ ਸ਼੍ਰੀ ਅਕਾਲ ਦੋਸਤੋ ਦਾ ਪੋਸਟ ਮੇਲ ਚੈਨਲ ਦੇਖ ਰਹੇ ਸਾਰੇ ਦੋਸਤਾਂ ਨੂੰ ਮੈਂ ਸਚਵੀਰ ਸਿੰਘ ਸਵਾਗਤ ਕਰਦਾ। ਅੱਜ ਫਿਰ ਆਪਾਂ ਹਰ ਰੋਜ਼ ਦੀ ਤਰ੍ਹਾਂ ਅਬੋਹਰ ਦੀ ਨਰਮਾ ਮੰਡੀ ਵਿਖੇ ਪਹੁੰਚੇ ਹਾਂ। ਦੇਖਦੇ ਹਾਂ ਕੀ ਰੇਟ ਚੱਲ ਰਿਹਾ ਨਰਮੇ ਦਾ। ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ, ਕਮੈਂਟ ਕਰਿਆ ਕਰੋ। ਪੱਕਾ ਨੰਬਰ ਦਸ ਰੁਪਏ ਜੀ ਦਸ ਰੁਪਏ ਜੀ ਛੇ ਸੌ ਦਸ ਰੁਪਏ ਆਵੇ ਜੀ ਛੇ ਸੌ ਦਸ ਰੁਪਏ ਵੀ ਦੇਵੀ
85 روپے
چیسے پانچ بیچا جی دس کر لے چھوٹ گی جانتا ہے دس کر لے دس روپے دس روپے چاچو تچو کل آئے چاچو دس روپے دے دوں کٹو جی پرچی رام رام یہ جان چھٹائی ہے ہاں جان چھٹائی میں تھا 15 روپے میرے سے بولی والی سی او جاندا ہی نہیں سی او کہندا لوکا ویکھدا پیا او جاندا کتے دتے 1 کلومیٹر میں چلے جاندا جاندا کی ہے وہ پتہ نہیں اپ ہی کیوں باوجی گیا تھا نا 20 کر 20 25 جانے چلے گیا 35 40 چالی 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 سٹھ بول بول دے بچے نے پینٹ اپنی بولی سٹ روی پینٹ پینٹ ستر ستر پچہتر اسی پچاسی نبے پچانوے پچانوے پورے کرا چیسی لو روپیے پڑھنے آ جانا درج کرا دس پچیسوجا سٹھ پینٹ ستر پچہتر اسی پچاسی نبے ستر مال ودیا بھاؤ جی ستر
70 ਮਾਲ ਵਧੀਆ ਹੈ 70 70 ਨਾ ਸੁੱਕਾ 70 ਕਲਮ ਕਹਿਣਾ ਜੀ 70 75 75 75 ਸੈਕੜਾ ਕਿੰਨਾ 85 ਸੋ 75 ਭਾਈ ਸਾਹਿਬ ਨੇ 75 ਹਾਂ ਜਾਵੇ ਜੀ 75 ਹਾਂਜੀ 75 75 ਜਾਵੇ ਸਰਦਾਰ ਜੀ ਵੇਚੀਏ 75 ਰੁਪਏ ਜੀ 82 ਰੁਪਏ ਬਹੁਤ ਜੀ ਬਹੁਤ ਜੀ 82 ਰੁਪਏ ਆ 25 ਕਰ 25 ਰੁਪਏ 30 ਰੁਪਏ 50 55 60 60 70 75 83 ਰੁਪਏ 5 5 ਰੁਪਏ 300 ਹੈ 5 ਰੁਪਏ 8305 ਰੁਪਏ 65 ਰੁਪਏ 65 ਇਧਰ 65 ਰੁਪਏ 8365 8425 25 50 55 55 60 60 65 65 65 8465 70 75 8800 जो भी वीर साडा दा पोस्ट मेल चैनल देख रहे हैं वध तो वध वीडियो में शेयर जरूर करें लाइक करें करो तुहानू हर रोज असीं किन्नू मंडी की बोली लाइव ते नरमा मंडी की बोली लाइव दिखाने आ सो इस वारी जो रेट हर रोज़ तकरीबन घटता ही जाता नरमे का जो अज रेट सिरा रेट विकया जी वो 8610 रुपए जो अबोर की मंडी तो सिरा रेट है 8610 रुपए जी तो कपाह का रेट है जी वो कल 9650 सी पर अज जो है वो 9600 के करीब पूरे 9600 कपाह का रेट जो कपाह विकी है जी तो एक होर दोस्तों दस दईए जो बासमती का रेट अज कल रहा जी सो अज तो 12 बजे तो बाद निकलेगा रेट कल 3800 रुपए बासमती का रेट रहा तो बाकी जो रेट सी वो 3400 3500 3400 का बासमती का रेट सी 3800 रुपए सिरा बासमती का रेट जो कल निकलिया सी वीडियो नूं वध तों वध शेयर जरूर करिया करो इस बार किसानां नूं जरूर यह लगता सी कि नरमे दी भाव च जो तकरीबन तेजी होगी नरमे दा पहला रेट जो 12000 दे करीब भी नरमा विकया पर हुण हर रोज़ 100-200 रुपए नरमा घटदा ही जा रहा कल 8600 रुपए सी अज जो 8610 रुपए के करीब नरमे दा रेट जो अबोर दी मंडी तो वो लग्या है कपाह दा रेट कल 9650 रुपए सी अज 9600 दे करीब जो कपाह दा रेट इत्थे कन्फर्म होया जी तुहानूं दस दईए 8510 रुपए मलोट दी मंडी तो 8510-15 रुपए के करीब जो मलोट दी मंडी दा नरमे दा रेट वो निकलिया जी वीडियो नूं वध तों वध शेयर जरूर करिया करो कमेंट जरूर करिया करो ਤਾਂ ਜੋ ਅੱਗੇ ਦੋਸਤਾਂ ਤੱਕ ਆਪਣੀ ਵੀਡੀਓ ਪਹੁੰਚ ਸਕੇ ਤਰਾਸੀ ਸੌ ਰੁਪਇਆ ਵਧੀਆ ਬਹੁਜੀ ਮਾਲ 83 ਸੌ ਰੁਪਇਆ 83 ਸੌ ਰੁਪਇਆ ਬੋਲੋ ਜੀ ਬੋਲੀ ਲਿਖਦੇ ਲਿਖਦੇ ਚੱਲ 60 ਦੀ ਮੇਰੀ ਕਰ ਦੋ ਕਪਾਹ ਜੋ ਅੱਜ ਹੋਰ ਮੰਡੀ ਚੋਂ ਜੋ ਹੈਗੀ ਹੈ ਜੀ ਉਹ ਹੈ 96 ਸੌ ਰੁਪਏ।
₹75 ਦੁਬਾਰਾ ਫੇਰ ਤੁਹਾਨੂੰ ਦੱਸ ਦਈਏ ਹੋਰ ਦੀ ਮੰਡੀ ਤੋਂ ਲਾਈਵ ਹਾਂ ਅਸੀਂ ਅਤੇ ਜੋ ਅੱਜ ਦਾ ਰੇਟ ਹੋਰ ਦੀ ਮੰਡੀ ਦਾ ਸਿਰਾ ਉਹ ₹8610 ਸੀ ਅਤੇ ਕਪਾਹ ਦਾ ਰੇਟ ਜੋ ਇੱਥੇ ਹੋਇਆ ਜੀ ਉਹ ਕਪਾਹ ਦਾ ਰੇਟ ਨਿਕਲਿਆ ਸੀ ਕੱਲ੍ਹ ₹9650 ਅੱਜ ₹9600 ਹਰ ਰੋਜ਼ ਤਕਰੀਬਨ ਨਰਮੇ ਦਾ ਰੇਟ ਘੱਟ ਰਿਹਾ ਜੋ ਪਹਿਲਾਂ ਸਟਾਰਟਿੰਗ ਦੇ ਵਿੱਚ ਜੋ 12,000-13,000 ਰੁਪਏ ਸੀ ਉਹ ਹੌਲੀ ਹੌਲੀ ਨਰਮੇ ਦਾ ਰੇਟ ਘੱਟ ਗਿਆ ਅੱਜ ਕੱਲ੍ਹ 8650 ਰੁਪਏ ਸੀ ਅੱਜ 8610 ਰੁਪਏ ਜੋ ਸਿਰਾ ਰੇਟ ਲੱਗਿਆ ਬਾਕੀ ਬਾਸਮਤੀ ਦਾ ਵੀ ਤੁਹਾਨੂੰ ਦੱਸ ਦਿੰਦੇ ਹਾਂ ਵੀ ਬਾਸਮਤੀ ਜੋ 3800 ਰੁਪਏ ਜੋ ਬਾਸਮਤੀ ਦਾ ਰੇਟ ਕੱਲ੍ਹ ਦਾ ਸੀ ਅੱਜ ਦਾ ਰੇਟ 12 ਵਜੇ ਤੋਂ ਬਾਅਦ ਨਿਕਲੇਗਾ ਬਾਸਮਤੀ ਦਾ ਸੋ 3800 ਰੁਪਏ ਬਾਸਮਤੀ ਵੀ ਕੀ ਹੈ ਜੀ ਨਰਮੇ ਦਾ ਰੇਟ ਜੋ ਰਿਹਾ ਉਹ 8610 ਰੁਪਏ ਸਿਰਾ ਰਿਹਾ ਜੀ ਕਪਾਹ ਦਾ ਰੇਟ ਰਿਹਾ ਉਹ 9600 ਰੁਪਏ ਪੂਰਾ ਰਿਹਾ ਜੀ ਕਪਾਹ ਦਾ ਰੇਟ ਸੋ ਅਸੀਂ ਹਰ ਰੋਜ਼ ਲਾਈਵ ਤੁਹਾਨੂੰ ਲੈ ਕੇ ਆਉਂਦੇ ਹਾਂ ਅਬੋਹਰ ਦੀ ਨਰਮਾ ਮੰਡੀ ਅਤੇ ਅਬੋਹਰ ਦੀ ਕਿੰਨੂ ਮੰਡੀ 'ਚੋਂ ਸੋ ਆਪਾਂ ਸ਼ਾਮ ਨੂੰ ਫਿਰ ਅਬੋਹਰ ਦੀ ਕਿੰਨੂ ਮੰਡੀ ਤੋਂ ਤਕਰੀਬਨ 3:30-3:15 ਦੇ ਕਰੀਬ ਆਪਾਂ ਲਾਈਵ ਹੋਵਾਂਗੇ ਸੋ ਸਾਡੇ ਨਾਲ ਵੱਧ ਤੋਂ ਵੱਧ ਜੁੜਿਆ ਕਰੋ ਲਾਈਵ ਦੇਖਿਆ ਕਰੋ ਤਾਂ ਜੋ ਤੁਹਾਨੂੰ ਅੱਗੇ ਪਤਾ ਲੱਗ ਸਕੇ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਕਮੈਂਟ ਜ਼ਰੂਰ ਕਰਿਆ ਕਰੋ ਸੋ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਧੰਨਵਾਦ